ਨੈਗਟਿਵ ਬੰਦਿਆਂ ਤੋਂ ਦੂਰ ਕਿਵੇਂ ਰਹਿਣਾ ਜਾਂ ਨੈਗਟਿਵ ਐਨਰਜੀ ਤੋਂ ਆਪਾਂ ਕਿਵੇਂ ਬਚੀਏ, ਉਹਦੇ ਉੱਤੇ ਗੱਲ ਕਰਦੇ ਹਾਂ ਅੱਜ। ਜਿਹੜੀ ਨੈਗਟਿਵਿਟੀ ਹੈ ਨਾ, ਉਹ ਤੁਹਾਡੀ ਵੈਲਬੀਇੰਗ, ਤੁਹਾਡੀ ਗਰੋਥ, ਤੁਹਾਡੀ ਮੈਂਟਲ ਹੈਲਥ, ਤੁਹਾਡੀ ਫਿਜ਼ੀਕਲ ਹੈਲਥ 'ਤੇ ਬਹੁਤ ਅਸਰ ਪਾਉਂਦੇ ਆ। ਅਤੇ ਜਿਹੜੀ ਨੈਗਟਿਵ ਐਨਰਜੀ ਆ ਨਾ, ਨੈਗਟਿਵ ਬੰਦੇ ਆ, ਉਹ ਤੁਹਾਨੂੰ ਦੁਨੀਆ ਦੇ ਵਿੱਚ ਅੱਗੇ ਨਹੀਂ ਵਧਣ ਦਿੰਦੇ। ਉਦਾਹਰਣ ਦੇ ਤੌਰ 'ਤੇ ਕਈ ਬੰਦੇ ਹੁੰਦੇ ਆ ਨਾ, ਆਪਣੇ ਪਿੰਡਾਂ 'ਚ ਵੀ ਹੁੰਦੇ ਸੀ, ਤੁਸੀਂ ਵੀ ਸਾਡੇ ਆਸ ਪਾਸ ਹੋਣੇ ਆ, ਤੁਸੀਂ ਰਿਲੇਟ ਜ਼ਰੂਰ ਕਰੋਗੇ, ਹਰੇਕ ਕੰਮ 'ਚ ਨੰਨਾ ਪਾਉਂਗੇ, ਹੈ ਨਾ, ਵੀ ਆਹ ਚਲੋ ਆਹ ਕਰ ਲੈਂਦੇ ਹਾਂ ਆਪਾਂ, ਇੱਦਾਂ ਕਰਦੇ ਹਾਂ ਆਪਾਂ, ਆਹ ਕੰਮ ਸਟਾਰਟ ਕਰਦੇ ਹਾਂ, ਕੰਧ ਬਣਾਉਣੀ ਸਟਾਰਟ ਕਰਦੇ, ਉਹ ਨਹੀਂ ਤੇ ਤੋਂ ਕਿੱਥੇ ਬਣਨੀ ਆ, ਹੈ ਨਾ, ਚਲੋ ਭਾਈ ਆਪਾਂ ਜਾ ਕੇ ਆਹ ਵਾਲਾ ਕੰਮ ਸਟਾਰਟ ਕਰੀਏ, ਨਵਾਂ ਬਿਜ਼ਨਸ ਸ਼ੁਰੂ ਕਰਦੇ, ਉਹ ਨਹੀਂ ਇੱਥੋਂ ਕਿੱਥੇ ਹੋਣਾ, ਹੈ ਨਾ, ਪਹਿਲੇ ਡੀਮੋਟੀਵੇਟ ਕਰੀ ਜਾਣਾ, ਹੈ ਨਾ, ਪਹਿਲੇ ਨੈਗਟਿਵ ਫ੍ਰੀਕੁਐਂਸੀ ਦੇ ਵਿੱਚ ਚੱਲੀ ਜਾਣਾ ਵੀ ਨਾ ਨਾ ਇਹ ਕਿੱਥੇ ਹੋਣਾ, ਹੈ ਨਾ। ਜਾਂ ਕੋਈ ਹੁੰਦੇ ਆ ਇੰਡੀਆ ਦੇ ਵਿੱਚ ਵੀ ਹੁੰਦੇ ਆ ਵੀ ਆਇਲਸ ਕਰਨੀ ਆ, ਹੈ ਨਾ, ਨਾ ਨਾ ਮੇਰੇ ਤੋਂ ਕਿੱਥੇ ਹੋਣੀ ਆ, ਆਪਾਂ ਕਰੇ ਤਾਂ ਉਹਨਾਂ ਦਾ 6 ਬੈਂਡ ਆ ਜੇ, ਪਰ ਉਹਨਾਂ ਨੂੰ ਹੁੰਦਾ ਵੀ ਨਾ ਨਾ ਮੇਰੇ ਤੋਂ ਕਿੱਥੇ ਹੋਣੀ ਆ, ਕਈਆਂ ਨੂੰ ਹੁੰਦਾ ਆ ਵੀ ਸ਼ਾਇਦ ਮੈਂ ਪਤਾ ਨਹੀਂ ਇੰਨਾ ਨਿਕੰਮਾ ਆ, ਅਸਲ 'ਚ ਹੁੰਦੇ ਨਹੀਂ, ਉਹ ਹੁੰਦੇ ਨੈਗਟਿਵ ਬੰਦੇ। ਮਾੜਾ ਜਿਹਾ ਉਹਨਾਂ ਨੂੰ ਕੋਈ ਕੰਮ ਕਹਿ ਦਿਓ, ਮੌਤ ਪੈ ਜਾਂਦੀ ਆ ਕੰਮ ਕਰਨ ਨੂੰ, ਅਤੇ ਐਵੇਂ ਹੈ ਨਾ, ਬਿਨਾਂ ਮਤਲਬ ਤੋਂ, ਬਿਨਾਂ ਕਿਸੇ ਗੱਲ ਤੋਂ ਐਵੇਂ ਕਿਸਮਤ ਨੂੰ ਦੋਸ਼ ਦੇਈ ਜਾਣਗੇ, ਜਿਹੜੇ ਡਿਸੀਜਨ ਆਪ ਲਏ ਆ ਜਾਂ ਆਪ ਗਲਤੀਆਂ ਕੀਤੀਆਂ ਉਹ ਕਿਸਮਤ 'ਤੇ ਛੱਡ ਦੇਣਗੇ, ਮੇਰੀ ਤਾਂ ਕਿਸਮਤ ਹੀ ਖਰਾਬ ਹੈ, ਹੈ ਨਾ, ਮੇਰੀ ਤਾਂ ਕਿਸਮਤ ਨੇ ਨਹੀਂ ਮੇਰਾ ਸਾਥ ਦਿੱਤਾ, ਕਿਸਮਤ ਨੇ ਨਹੀਂ ਸੱਜਣਾ, ਤੇਰੇ ਆਪਣੇ ਲੱਛਣ ਨਹੀਂ ਸੀ ਠੀਕ। ਅਤੇ ਇਹੋ ਜਿਹੀ ਐਨਰਜੀ ਸਾਡੇ ਆਸ ਪਾਸ ਹੋਵੇ ਜਾਂ ਤੁਸੀਂ ਆਪ ਨੈਗਟਿਵ ਹੋਵੋ ਜਾਂ ਤੁਹਾਡੇ ਆਲੇ ਦੁਆਲੇ ਕੋਈ ਇਹੋ ਜਿਹਾ ਬੰਦਾ ਹੈਗਾ ਆ, ਤਾਂ ਉਹ ਤੁਹਾਨੂੰ ਜਾਣੀ ਕਿ ਮੁਰਦਾ ਹੀ ਬਣਾ ਦਿੰਦਾ। ਕਈ ਵੇਲੇ ਦੇਖਿਓ ਨਾ, ਜਦੋਂ ਆਪਾਂ ਕਿਸੇ ਨਵੇਂ ਬੰਦੇ ਨੂੰ ਮਿਲੀ ਦਾ ਬਹੁਤ ਸੁਣਿਆ ਹੁੰਦਾ ਆਪਾਂ ਉਹਦੇ ਬਾਰੇ ਵੀ ਯਾਰ ਬੰਦਾ ਬੜਾ ਘੈਂਟ ਆ, ਹੈ ਨਾ, ਬੰਦਾ ਵਧੀਆ ਉਹ, ਅਤੇ ਜਦੋਂ ਉਹਨੂੰ ਆਪਾਂ ਪਰਸਨਲੀ ਮਿਲੀ ਦਾ ਆ ਅਤੇ ਆਪਾਂ ਨੂੰ ਮਿਲ ਕੇ ਲੱਗਦਾ ਯਾਰ 22 ਵਜੇ ਨਹੀਂ ਆਈ, ਯਾਰ ਨਹੀਂ ਠੀਕ ਨਹੀਂ, ਯਾਰ ਬੰਦਾ ਵਧੀਆ ਨਹੀਂ ਲੱਗਾ, ਹੈ ਨਾ, ਉਹ ਕਨੈਕਸ਼ਨ ਜਿਹਾ ਨਹੀਂ ਬਣਦਾ। ਕਈ ਵੇਲੇ ਆਪਾਂ ਉਹਦੇ ਅਚਨਚੇਤ ਕਿਸੇ ਨੂੰ ਮਿਲ ਲਈਦਾ, ਕਿਤੇ ਆਪਾਂ ਬਾਹਰ ਕੰਮ ਜਾਈਦਾ ਆ ਅਤੇ ਆਪਾਂ ਨੂੰ ਉੱਦਾਂ ਮਿਲ ਜਾਂਦਾ ਕੋਈ, ਅਤੇ ਉਹ ਨਾ ਆਪਾਂ ਐਂ, ਹੈ ਨਾ, ਵਧੀਆ ਫਰੈਂਡਲੀ ਹੋ ਜਾਈਦਾ ਅਤੇ ਆਪਾਂ ਨੂੰ ਉਹਦੀ ਵਾਈਬ ਵਧੀਆ ਲੱਗਦੀ ਆ, ਵਾਈਬ ਮੈਚ ਹੋ ਜਾਂਦੀ ਆ, ਉਹ ਅਸਲ 'ਚ ਉਹ ਤੁਹਾਡੀ ਫ੍ਰੀਕੁਐਂਸੀ ਅਤੇ ਪੋਜ਼ੀਟਿਵ ਐਨਰਜੀ 'ਚ ਜੇ ਤੁਸੀਂ ਰਹਿੰਦੇ ਆ ਅਤੇ ਮੂਹਰੇ ਬੰਦਾ ਵੀ ਪੋਜ਼ੀਟਿਵ ਆ ਅਤੇ ਉਹ ਤੁਹਾਡੀ ਪੋਜ਼ੀਟਿਵ ਐਨਰਜੀ 'ਤੇ ਆ ਕੇ ਤੁਹਾਡੇ ਮੈਚ ਕਰਦਾ, ਤੁਹਾਡੀ ਵਾਈਬ ਮੈਚ ਹੁੰਦੀ ਆ, ਇਹੋ ਜਿਹੇ ਬੰਦਿਆਂ ਦਾ ਤੁਹਾਡੇ ਲਾਗੇ ਹੋਣਾ ਬਹੁਤ ਜ਼ਰੂਰੀ ਆ। ਕਈ ਇੱਦਾਂ ਦੇ ਵੀ ਹੁੰਦੇ ਆ ਜਿਹਨਾਂ ਕੋਲ ਆਪਣੀ ਜਿੱਤ ਜਾਂ ਆਪਣੀ ਸਕਸੈਸ ਜਾਂ ਆਪਾਂ ਕੰਮ 'ਚ ਕੋਈ ਵਧੀਆ ਕਰ ਦਈਏ ਉਹ ਨਹੀਂ ਦੇਖਿਆ ਜਾਂਦਾ, ਉਹ ਅੰਦਰ ਛੱਡੀ ਜਾਣਗੇ, ਉਹਦੇ ਨੇ ਲੂਹ ਬਾਲਣ ਕਰੀ ਜਾਣਗੇ, ਹੈ ਨਾ। ਜਾਂ ਉੱਦਾਂ ਕਈ ਹੁੰਦੇ ਆ ਜਿੱਦਾਂ ਮੰਨ ਲਓ ਵੀ ਕੋਈ ਬਿਮਾਰ ਪੈ ਗਿਆ, ਹੈ ਨਾ, ਤੁਸੀਂ ਬਿਮਾਰ ਪੈ ਗਏ, ਤੁਹਾਡੀ ਖਬਰ ਲੈਣਾ ਹੈ, ਉਹਨਾਂ ਨੇ ਨੈਗਟਿਵ ਗੱਲ ਹੀ ਕਰਨੀ ਹੁੰਦੀ ਆ, ਫਲਾਣੇ ਦਾ ਮੁੰਡਾ ਹੋਇਆ ਸੀ ਬਿਮਾਰ, ਉਹ ਤਾਂ ਨਹੀਂ ਬਚਿਆ, ਉਹਦਾ ਤਾਂ ਔਖਾ ਹੋ ਗਿਆ, ਫਲਾਣੇ ਦੀ ਮੰਮੀ ਹੋਈ ਸੀ ਬਿਮਾਰ ਅਤੇ ਉਹ ਤਾਂ ਨਹੀਂ, ਉਹ ਤਾਂ ਜ਼ਿਆਦਾ ਢਿੱਲੀ ਹੋ ਗਈ ਸੀ, ਉਹਨੂੰ ਤਾਂ ਵੱਡੇ ਹਸਪਤਾਲ ਦਾਖਲ ਕਰਾਉਣਾ ਪਿਆ, ਇੱਦਾਂ ਦੇ ਵੀ ਹੁੰਦੇ ਆ ਗਏ। ਹੁਣ ਇਹ ਸਾਰੀਆਂ ਗੱਲਾਂ ਤੋਂ ਬਚਣਾ ਕਿਵੇਂ ਆ, ਉਹ ਤੋਂ ਪਹਿਲਾਂ ਆਪਾਂ ਆਪਣੇ ਵੀਡੀਓ ਦੇ ਸਪੋਂਸਰ ਦਾ ਥੈਂਕਸ ਕਰ ਦਈਏ, ਵੈਲਥ ਸਟਰੀਟ ਤੋਂ। ਜੇ ਤੁਸੀਂ ਕੈਨੇਡਾ ਦੇ ਵਿੱਚ ਟੈਕਸ ਭਰਾਉਣਾ ਆ, ਕੋਈ ਅਕਾਊਂਟਿੰਗ ਦੀ ਸਰਵਿਸਿਜ਼ ਚਾਹੀਦੀ ਆ, ਜਾਂ ਤੁਸੀਂ ਮੌਰਗੇਜ ਕਰਵਾਉਣੀ ਆ, ਜਾਂ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਅੰਟਾਰੀਓ ਦੇ ਵਿੱਚ ਆ, ਜਾਂ ਤੁਸੀਂ ਕੋਈ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਆ, ਤਾਂ ਇਹਨਾਂ ਨੂੰ ਜ਼ਰੂਰ ਕੰਟੈਕਟ ਕਰ ਲਿਓ। ਇਹਨਾਂ ਦੀ ਇਨਫੋਰਮੇਸ਼ਨ ਸਕਰੀਨ 'ਤੇ ਵੀ ਚੱਲ ਰਹੀ ਹੈ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਆ, ਕੰਟੈਕਟ ਜ਼ਰੂਰ ਕਰ ਲਿਓ। ਸੋ ਨੈਗਟਿਵ ਬੰਦਿਆਂ ਤੋਂ ਬਚਣਾ ਕਿਵੇਂ ਆ, ਜਿਹੜਾ ਆਪਣਾ ਵੀਡੀਓ ਬਣਾਉਣ ਦਾ ਮੇਨ ਮਕਸਦ ਆ, ਉਹਦੇ 'ਤੇ ਗੱਲ ਕਰਦੇ ਹਾਂ। ਇੱਕ ਦਾਇਰਾ ਬਣਾ ਲਓ ਆਪਣੇ ਆਲੇ ਦੁਆਲੇ, ਜਿਹਦੇ ਵਿੱਚ ਤੁਸੀਂ, ਤੁਹਾਡੇ ਮੰਮੀ ਡੈਡੀ, ਤੁਹਾਡੇ ਨਿਆਣੇ, ਤੁਹਾਡੀ ਵਾਈਫ ਜੇ ਹੈਗੀ ਆ, ਨਹੀਂ ਚਲੋ ਹੋਊਗੀ, ਜੇ ਤੁਹਾਡੇ ਨਿਆਣੇ ਆ ਤੁਹਾਡੀ ਵਾਈਫ ਵੀ ਹੋਊਗੀ, ਤੁਹਾਡੀ ਗਰਲਫ੍ਰੈਂਡ, ਤੁਹਾਡੇ ਭੈਣ ਭਰਾ, ਬਸ ਉਹਨਾਂ ਦੀ ਫਿਕਰ ਕਰੋ ਵੀ ਮੈਨੂੰ ਇਮੋਸ਼ਨਲੀ, ਮੈਨੂੰ ਇਹਨਾਂ ਦੀ ਹੀ ਫਿਕਰ ਆ, ਕੋਈ ਆ ਕੇ ਕਵੇ ਜਾਂ ਕੋਈ ਆ ਕੇ ਛੇੜੇ, ਮੈਨੂੰ ਉਹਨਾਂ ਦੀ ਫਰਕ ਨਹੀਂ ਪੈਂਦਾ, ਮੈਨੂੰ ਆਪਣੇ ਜਿਹੜੇ ਮੇਰੇ ਦਾਇਰੇ ਦੇ ਵਿੱਚ ਲੋਕ ਆ ਉਹਨਾਂ ਦੀਆਂ ਗੱਲਾਂ ਦੇ ਨਾਲ, ਉਹਨਾਂ ਦੇ ਓਪੀਨੀਅਨ ਦੇ ਨਾਲ ਮੈਨੂੰ ਫਰਕ ਪੈਂਦਾ ਬਸ, ਹੈ ਨਾ। ਮੈਨੂੰ ਕੋਈ ਤੀਆ ਬੰਦਾ ਆ ਕੇ ਕੁਛ ਕਹਿ ਦੇਵੇ, ਮੈਨੂੰ ਪਰਵਾਹ ਹੀ ਨਹੀਂ, ਕੋਈ ਨੈਗਟਿਵਿਟੀ ਤੀਆ ਬੰਦਾ ਆ ਕੇ ਮੈਨੂੰ,
ਹੈ ਨਾ, ਨੈਗੇਟਿਵ ਗੱਲ ਕਹਿ ਦੇਵੇ, ਗਾਲ ਕੱਢ ਜਾਵੇ ਮੈਨੂੰ, ਨੈਗੇਟਿਵ ਐਨਰਜੀ ਦੇ ਨਾਲ ਮੇਰੇ ਨਾਲ ਗੱਲ ਕਰੇ ਜਾਂ ਮੇਰੇ ਨਾਲ ਬਹਿਸੇ, ਮੈਨੂੰ ਫਰਕ ਹੀ ਨਹੀਂ ਪੈਂਦਾ, ਡੱਕਾ ਫਰਕ ਨਹੀਂ ਪੈਂਦਾ ਮੈਨੂੰ, ਐਵੇਂ ਹੋ ਜਿਹਾ ਬਣ ਜਾਓ ਅਤੇ ਠੀਕ ਹੈ। ਮੇਰੀ ਮਾਂ ਪਿਓ ਨੇ ਕੁਛ ਕਹਿਤਾ, ਮੇਰੇ ਜਿਹੜੇ ਦਾਇਰੇ ਦੇ ਵਿੱਚ ਲੋਕ ਆ ਉਹਨਾਂ ਨੇ, ਉਹਨਾਂ ਦਾ ਓਪੀਨੀਅਨ ਮੇਰੇ ਲਈ ਮੈਟਰ ਕਰਦਾ, ਇਹੋ ਜਿਹਾ ਬਣ ਜਾਓ। ਅਤੇ ਦੂਜੀ ਗੱਲ, ਜੇ ਕੋਈ ਨੈਗੇਟਿਵ ਬੰਦਾ ਟੱਕਰਦਾ ਹੈ ਨਾ, ਉਹਨਾਂ ਨਾਲ ਉਸੇ ਲੋੜੀਂਦੇ ਟੋਪਿਕ 'ਤੇ ਗੱਲ ਕਰੋ ਜਿਹਦੇ ਕਰਕੇ ਤੁਸੀਂ ਉਹਨੂੰ ਮਿਲੇ ਆ ਜਾਂ ਜਿਹੜਾ ਜ਼ਰੂਰੀ ਆ। ਐਵੇਂ ਵਾਧੂ ਖੁੱਲ੍ਹਣ ਦੀ ਲੋੜ ਨਹੀਂ ਹੁੰਦੀ। ਕਈ ਵੇਲੇ ਕੀ ਹੁੰਦਾ ਕਿ ਆਪਾਂ ਬਾਹਲਾ ਓਵਰ ਸ਼ੇਅਰ ਕਰ ਦਈਦਾ ਕਿਸੇ ਦੇ ਨਾਲ, ਨੈਗੇਟਿਵ ਬੰਦੇ ਹੁੰਦੇ ਨਾ ਜਿਹੜੇ, ਉਹ ਆਪਣੀ ਓਵਰ ਸ਼ੇਅਰ ਕੀਤੀ ਹੋਈ ਗੱਲ ਗਾਂ ਤੀਏ ਬੰਦੇ ਕੋਲ ਜਾ ਕੇ ਦੱਸਣਗੇ, ਉਹਦੇ ਵਿੱਚ ਨੁਕਸਾਨ ਆਪਣਾ ਹੀ ਆ, ਆਪਾਂ ਹੀ ਮਾੜੇ ਬਣਨਾ ਉਹਦੇ ਵਿੱਚ। ਅਤੇ ਇਹੋ ਜਿਹੇ ਬੰਦਿਆਂ ਤੋਂ ਦੂਰ ਹੋ ਜਾਓ, ਹੈ ਨਾ, ਬੈਂਸੋ ਨਾ, ਹੈ ਨਾ। ਜੇ ਆਰਗੂਮੈਂਟ ਕਰੂਗੇ, ਦੋ ਗੱਲਾਂ ਉਹ ਕਹੂਗਾ, ਚਾਰ ਤੁਸੀਂ ਕਹੋਗੇ, ਅੱਠ ਉਹ ਕਹੂਗਾ। ਮੂਰਖ ਤੋਂ ਤਾਂ ਤੁਸੀਂ ਕਦੇ ਜਿੱਤ ਨਹੀਂ ਸਕਦੇ ਬੈਂਸ ਦੇ ਵਿੱਚ। ਸੋ ਨੈਗੇਟਿਵ ਬੰਦਿਆਂ ਦਾ ਵੀ ਇਹੀ ਹੁੰਦਾ ਆ ਵੀ ਉਹਨਾਂ ਤੋਂ ਤੁਸੀਂ ਕਦੇ ਜਿੱਤ ਨਹੀਂ ਸਕਦੇ, ਉਹਨੀ ਕੋਈ ਨਾ ਕੋਈ ਗੱਲ ਕੱਢ ਲਿਆਉਣੀ ਆ, ਅਤੇ ਤੁਹਾਡਾ ਸਮਾਂ ਵੀ ਖਰਾਬ ਹੋਣਾ ਆ, ਤੁਹਾਡੇ ਮਨ ਦੇ ਵਿੱਚ ਉਲਝਣ ਜਿਹੜੀ ਪੈਣੀ ਆ ਉਹ ਅੱਡ ਪੈਣੀ ਆ। ਸੋ ਬਿਹਤਰ ਆ ਵੀ ਜੇ ਨਹੀਂ ਬਣਦੀ ਤਾਂ ਆਪਣਾ ਪਰਾਂ ਹੋ ਜਾਓ, ਸਭ ਤੋਂ ਵਧੀਆ ਗੱਲ, ਜਾਂ ਫਿਰ ਚੁੱਪੇ ਕਰ ਜਾਓ, ਕਿਉਂਕਿ ਪਿਆਰ ਦੇ ਬੋਲਾਂ ਨਾਲੋਂ ਨਾ ਚੁੱਪ ਦਾ ਘਸਾਉਣਾ ਜਿਹੜਾ ਹੁੰਦਾ ਉਹ ਜ਼ਿਆਦਾ ਤਕੜਾ ਹੁੰਦਾ। ਸੋ ਹੈ ਨਾ, ਕਈ ਵੇਲੇ ਚੁੱਪ ਦੇ ਨਾਲ ਹੀ ਬੰਦੇ ਹੈ ਨਾ ਹਾਰ ਜਾਂਦੇ ਆ। ਕਈ ਵੇਲੇ ਆਰਗੂਮੈਂਟ ਚੱਲਦਾ ਹੋਵੇ ਨਾ, ਤੁਸੀਂ ਚੁੱਪ ਧਾਰ ਲਓ ਜਾਂ ਚੁੱਪ ਰਹੋ ਵੀ ਠੀਕ ਆ ਬੋਲੀ ਆ ਮੈਨੂੰ ਕੀ ਫਰਕ, ਉਹ ਮੱਚ ਜਾਂਦੇ ਆ ਅੰਦਰ, ਉਹਨਾਂ ਦੀ ਅੱਗ ਲੱਗ ਜਾਂਦੀ ਵੀ ਮੈਨੂੰ ਵਾਪਸ ਕੁਛ ਨਹੀਂ ਮਿਲਿਆ, ਹੈ ਨਾ, ਮੈਨੂੰ ਵਾਪਸ ਕੁਛ ਕਿਉਂ ਨਹੀਂ ਮਿਲਿਆ ਜਿਹਦੇ ਨਾਲ ਮੈਂ ਅੱਗੇ ਗੱਲ ਵਧਾ ਸਕਾਂ, ਅੱਗੇ ਹੋਰ ਨੈਗੇਟਿਵਿਟੀ ਫੈਲਾ ਸਕਾਂ, ਹੋਰ ਬਹਿਸ ਕਰ ਸਕਾਂ, ਹੈ ਨਾ। ਅਤੇ ਅਗਲੀ ਗੱਲ ਇਹ ਕਿ ਪੋਜ਼ੀਟਿਵ ਬੰਦਿਆਂ ਨਾਲ ਆਪਣੀ ਬਹਿਣੀ ਉੱਠਣੀ ਵਧਾ ਲਓ। ਜੇ ਤੁਹਾਡਾ ਇੰਟਰਸਟ ਕਿਸੇ ਸਪੋਰਟਸ 'ਚ ਆ, ਉੱਦਾਂ ਦੇ ਬੰਦਿਆਂ ਨਾਲ ਬੈਠੋ ਉੱਠੋ। ਜੇ ਤੁਸੀਂ ਕੋਈ ਬਿਜ਼ਨਸ ਕਰਨਾ ਚਾਹੁੰਦੇ ਆ ਜਾਂ ਉੱਦਾਂ ਬਿਜ਼ਨਸ ਮਾਈਂਡਡ ਆ ਜਾਂ ਉੱਦਾਂ ਇੰਟਰਪ੍ਰੀਨਰਸ਼ਿਪ ਤੁਸੀਂ ਕਰਦੇ ਆ ਜਾਂ ਗਰੋਥ ਚਾਹੁੰਦੇ ਆਪਣੀ ਲਾਈਫ ਦੇ ਵਿੱਚ, ਉੱਦਾਂ ਦੇ ਬੰਦਿਆਂ ਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਹੈ ਨਾ। ਉੱਦਾਂ ਦੇ ਬੰਦਿਆਂ ਨਾਲ ਫਿਜ਼ੀਕਲੀ ਜਾ ਕੇ ਬਹਿਣਾ ਉੱਠਣਾ ਸ਼ੁਰੂ ਕਰ ਦਿਓ, ਉਨੇ ਦੇ ਵਿੱਚ ਹੀ ਹੈ ਨਾ ਬੰਦੇ ਦੇ ਵਿੱਚ ਪ੍ਰੋਸਪੈਰਿਟੀ ਆ ਜਾਂਦੀ, ਲਾਈਫ ਦੇ ਵਿੱਚ ਖੁਸ਼ਹਾਲੀ ਆ ਜਾਂਦੀ ਆ, ਕਿਉਂਕਿ ਇਹੋ ਜਿਹੇ ਸਰਕਲ ਜੇ ਤੁਹਾਡਾ ਹੋਊਗਾ ਨਾ ਉਹਨੇ ਹੀ ਅੱਗੇ ਲੈ ਕੇ ਜਾਣਾ। ਅਤੇ ਅਖੀਰ 'ਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ, ਆਪਣੇ ਮਨ ਦੀ ਸ਼ਾਂਤੀ ਦਾ ਖਿਆਲ ਰੱਖੋ। ਜੇ ਕੋਈ ਕਹਿ ਗਿਆ ਕੋਈ ਗੱਲ, ਆਪਾਂ ਪਹਿਲੇ ਵੀ ਗੱਲ ਕੀਤੀ ਆ, ਦਫਾ ਕਰੋ ਵੀ ਜਾ ਯਾਰ ਕੋਈ ਚੱਕਰ ਹੀ ਨਹੀਂ, ਪਰਵਾਹ ਹੀ ਨਹੀਂ, ਹੈ ਨਾ। ਤੁਸੀਂ ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਹਾਂ, ਆਪਣੀ ਇਸੇ ਟੋਪਿਕ ਦੇ ਉੱਤੇ ਸੀਗੀ। ਹੁਣ ਤੁਸੀਂ ਆਪਣੇ ਆਪ ਨੂੰ ਵਧੀਆ ਬਣਾਉਣ ਲਈ ਮੈਡੀਟੇਸ਼ਨ ਕਰ ਸਕਦੇ ਹੋ, ਸੈਲਫ ਕੇਅਰ ਕਰ ਸਕਦੇ ਹੋ, ਜਿੰਮ ਜਾ ਸਕਦੇ ਆ। ਕਈਆਂ ਨੂੰ ਹੈ ਨਾ ਹੋਬੀ ਹੁੰਦੀ ਹੈ ਕਈਆਂ ਦੀ ਖਾਣਾ ਬਣਾਉਣ ਦੀ, ਮੁੰਡਿਆਂ ਦੀ ਮੋਸਟਲੀ, ਕਿਉਂਕਿ ਕੁੜੀਆਂ ਲਈ ਤਾਂ ਖਾਣਾ ਬਣਾਉਣਾ ਇੱਕ ਗੁਲਾਮੀ ਦਾ ਪ੍ਰਤੀਤ ਹੈ, ਅਤੇ ਹੋਬੀ ਆ ਜਿਹੜੀ ਖਾਣਾ ਬਣਾਉਣ ਦੀ ਮੁੰਡਿਆਂ ਦੀ ਇਹ ਹੁੰਦੀ ਆ। ਖਾਣਾ ਸਵਾਦ ਵੀ ਜ਼ਿਆਦਾ ਮੁੰਡੇ ਬਣਾਉਂਦੇ ਆ ਕਿਉਂਕਿ ਉਹਨਾਂ ਦੀ ਹੋਬੀ ਹੁੰਦੀ ਆ, ਕੁੜੀਆਂ ਲਈ ਤਾਂ ਉਹ ਲੇਬਰ ਹੋਈ ਨਾ, ਮਜ਼ਬੂਰੀ ਵਰਸ ਕਰਨਾ ਪੈਂਦਾ। ਸੋ ਆਪਣੀ ਇੱਦਾਂ ਦੀ ਕੋਈ ਲੇਬਰ, ਆਪਣੀ ਹੋਬੀ ਕਰ ਲਓ ਤੁਸੀਂ, ਹੈ ਨਾ, ਹੋਬੀ ਕਰ ਲਓ, ਪੜ੍ਹ ਲਓ, ਲਿਖ ਲਓ, ਜਾਂ ਪੇਂਟਿੰਗ ਕਰ ਲਓ। ਕਈਆਂ ਦਾ ਮੈਂ ਦੇਖਿਆ ਵੀ ਪੇਂਟਿੰਗ ਦੇ ਵਿੱਚ ਵਧੀਆ ਹੱਥ ਹੁੰਦਾ, ਜਾਂ ਰੀਡਿੰਗ ਕਰ ਲਓ, ਹੈ ਨਾ, ਕੋਈ ਚੰਗੀ ਵਧੀਆ ਚੀਜ਼ ਸਿੱਖੋ ਅਤੇ ਜਿਹਦੇ ਵਿੱਚ ਤੁਸੀਂ ਅੱਗੇ ਜਾ ਕੇ ਨੈਗੇਟਿਵ ਬੰਦਿਆਂ ਤੋਂ, ਨੈਗੇਟਿਵਿਟੀ ਤੋਂ ਦੂਰ ਰਹੋ। ਸੋ ਚੜ੍ਹਦੀ ਕਲਾ ਦੇ ਵਿੱਚ ਰਹੋ। ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਮੇਰੇ ਕਰੇ, ਸਤਿ ਸ਼੍ਰੀ ਅਕਾਲ।